ਸਲਮਾਨ ਖਾਨ ਦੇ ਘਰ ਫਾਇਰਿੰਗ ਹੋਈ ਹੈ ਤਾਂ ਦੱਸ ਦਈਏ ਕਿ ਸਲਮਾਨ ਖਾਨ ਨੂੰ ਸੀਐਮ ਮਿਲਣ ਪਹੁੰਚੇ ਨੇ। ਜੀ ਹਾਂ, ਹਮਲੇ ਤੋਂ ਬਾਅਦ ਪਹਿਲੀ ਵਾਰ ਸਲਮਾਨ ਖਾਨ ਦਿਖੇ ਨੇ ਕੈਮਰੇ ਦੇ ਅੱਗੇ। ਤਸਵੀਰਾਂ ਸਲਮਾਨ ਖਾਨ ਦੇ ਘਰ ਦੇ ਅੰਦਰ ਦੀਆਂ ਜਿੱਥੇ ਸਲਮਾਨ ਖਾਨ ਦੇ ਰਿਸ਼ਤੇਦਾਰ ਅਤੇ ਉਹਨਾਂ ਦੇ ਪਿਤਾ ਸਲੀਮ ਖਾਨ ਮੌਜੂਦ ਸਨ ਜਦ ਸੀਐਮ ਏਕਨਾਥ ਸ਼ਿੰਦੇ ਪਹੁੰਚਦੇ ਨੇ। ਸੀਐਮ ਦੇ ਵੱਲੋਂ ਸਲਮਾਨ ਖਾਨ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਪਰਿਵਾਰ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਅੱਗੇ ਤੋਂ ਸੁਰੱਖਿਆ ਵਧਾ ਦਿੱਤੀ ਜਾਵੇਗੀ ਅਤੇ ਸਲਮਾਨ ਖਾਨ ਨੂੰ ਇੱਕ ਖਰੋਂਚ ਤੱਕ ਨਹੀਂ ਆਉਣ ਦੇਵੇਗੀ ਮੁੰਬਈ ਪੁਲਿਸ ਅਤੇ ਜਿਹੜਾ ਮੁੰਬਈ ਪੁਲਿਸ ਦਾ ਪ੍ਰਸ਼ਾਸਨ ਹੈ। ਤਾਂ ਸੀਐਮ ਏਕਨਾਥ ਸ਼ਿੰਦੇ ਦੇ ਵੱਲੋਂ ਇਹ ਭਰੋਸਾ ਦਿਵਾਇਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਐਤਵਾਰ ਤੜਕਸਰ ਸਲਮਾਨ ਖਾਨ ਦੇ ਘਰ 'ਤੇ ਹਮਲਾ ਹੋਇਆ ਸੀ। ਹਮਲਾ ਕਰਨ ਵਾਲੇ ਸੀਸੀਟੀਵੀ ਦੇ ਵਿੱਚ ਕੈਦ ਹੋਏ ਅਤੇ ਹੁਣ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਤੜਕਸਾਰੀ ਪੁਲਿਸ ਨੇ ਦੋਹਾਂ ਨੂੰ ਗ੍ਰਿਫਤਾਰ ਕੀਤਾ। ਦੱਸ ਦਈਏ ਕਿ ਮੁੰਬਈ ਕ੍ਰਾਈਮ ਬ੍ਰਾਂਚ ਨੇ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ। ਦੋਹਾਂ ਨੂੰ ਗੁਜਰਾਤ ਦੇ ਕੱਛ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਸ਼ੂਟਰ ਸਾਗਰ ਅਤੇ ਵਿੱਕੀ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਤਾਂ ਦੱਸ ਦਈਏ ਕਿ 25 ਅਪ੍ਰੈਲ ਤੱਕ ਰਿਮਾਂਡ ਵੀ ਮਿਲ ਗਿਆ ਪੁਲਿਸ ਨੂੰ ਇਹਨਾਂ ਦੋਨਾਂ ਦਾ। ਪਤਾ ਕਰਨਾ ਹੋਵੇਗਾ ਕਿ ਕਿਸਨੇ ਇਹ ਸ਼ੂਟਰ ਭੇਜੇ ਸੀ, ਕਿ ਇਹ ਲਾਰੈਂਸ ਦੇ ਨਾਲ ਹੀ ਮਿਲੇ ਹੋਏ ਨੇ, ਲਾਰੈਂਸ ਦੇ ਹੀ ਬੰਦੇ ਨੇ, ਜਾਂ ਫਿਰ ਗੱਲ ਕੋਈ ਹੋਰ ਹੈ, ਕੋਈ ਹੋਰ ਕਿਸੇ ਹੋਰ ਦੇ ਵੱਲੋਂ ਸਲਮਾਨ ਖਾਨ 'ਤੇ ਹਮਲਾ ਕਰਵਾਇਆ ਗਿਆ। ਤਾਂ ਸ਼ੂਟਰ ਵਿੱਕੀ ਬਾਈਕ ਚਲਾ ਰਿਹਾ ਸੀ ਅਤੇ ਪਿੱਛੇ ਬੈਠਾ ਸੀ ਸਾਗਰ, ਜਿਸ ਦੇ ਵੱਲੋਂ 5 ਫਾਇਰ ਕੀਤੇ ਗਏ। ਸਲਮਾਨ ਖਾਨ ਦੇ ਘਰ 'ਤੇ ਇੱਕ ਫਾਇਰ ਲੱਗਿਆ ਸੀ ਅਤੇ ਘਰ ਦੇ ਅੰਦਰ ਵੀ ਖੋਲ ਮਿਲੇ ਸੀ ਗੋਲੀਆਂ ਦੇ, ਜਿਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ 2 ਅਪ੍ਰੈਲ ਨੂੰ 24,000 ਰੁਪਏ ਦੇ ਵਿੱਚ ਇਹਨਾਂ ਨੇ ਬਾਈਕ ਖਰੀਦੀ ਸੀ, ਜਿਹੜੀ ਬਾਈਕ ਸੀਸੀਟੀਵੀ ਤਸਵੀਰਾਂ ਦੇ ਵਿੱਚ ਦਿਖੀ। ਤਾਂ ਸਾਰੀ ਘਟਨਾ ਤੋਂ ਬਾਅਦ ਹੈ ਜਿਹੜੀ, ਜਦ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤਾਂ ਸੀਐਮ ਏਕਨਾਥ ਸ਼ਿੰਦੇ ਸਲਮਾਨ ਖਾਨ ਦੇ ਘਰ ਪਹੁੰਚੇ ਨੇ ਅਤੇ ਸਲਮਾਨ ਖਾਨ ਇੱਕਦਮ ਫਿੱਟ ਐਂਡ ਫਾਈਨ ਨੇ। ਤੁਸੀਂ ਆਪ ਦੇਖ ਲਓ ਇਹ ਤਸਵੀਰਾਂ ਜੋ ਸਲਮਾਨ ਖਾਨ ਦੇ ਘਰ ਦੇ ਅੰਦਰ ਦੀਆਂ ਨੇ। ਸਲਮਾਨ ਖਾਨ ਦੇ ਘਰ ਫਾਇਰਿੰਗ ਹੋਈ ਹੈ ਤਾਂ ਦੱਸ ਦਈਏ ਕਿ ਸਲਮਾਨ ਖਾਨ ਨੂੰ ਸੀਐਮ ਮਿਲਣ ਪਹੁੰਚੇ ਨੇ। ਜੀ ਹਾਂ, ਹਮਲੇ ਤੋਂ ਬਾਅਦ ਪਹਿਲੀ ਵਾਰ ਸਲਮਾਨ ਖਾਨ ਦਿਖੇ ਨੇ ਕੈਮਰੇ ਦੇ ਅੱਗੇ। ਤਸਵੀਰਾਂ ਸਲਮਾਨ ਖਾਨ ਦੇ ਘਰ ਦੇ ਅੰਦਰ ਦੀਆਂ ਜਿੱਥੇ ਸਲਮਾਨ ਖਾਨ ਦੇ ਰਿਸ਼ਤੇਦਾਰ ਅਤੇ ਉਹਨਾਂ ਦੇ ਪਿਤਾ ਸਲੀਮ ਖਾਨ ਮੌਜੂਦ ਸਨ ਜਦ ਸੀਐਮ ਏਕਨਾਥ ਸ਼ਿੰਦੇ ਪਹੁੰਚਦੇ ਨੇ। ਸੀਐਮ ਦੇ ਵੱਲੋਂ ਸਲਮਾਨ ਖਾਨ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਪਰਿਵਾਰ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਅੱਗੇ ਤੋਂ ਸੁਰੱਖਿਆ ਵਧਾ ਦਿੱਤੀ ਜਾਵੇਗੀ ਅਤੇ ਸਲਮਾਨ ਖਾਨ ਨੂੰ ਇੱਕ ਖਰੋਂਚ ਤੱਕ ਨਹੀਂ ਆਉਣ ਦੇਵੇਗੀ ਮੁੰਬਈ ਪੁਲਿਸ ਅਤੇ ਜਿਹੜਾ ਮੁੰਬਈ ਪੁਲਿਸ ਦਾ ਪ੍ਰਸ਼ਾਸਨ ਹੈ। ਤਾਂ ਸੀਐਮ ਏਕਨਾਥ ਸ਼ਿੰਦੇ ਦੇ ਵੱਲੋਂ ਇਹ ਭਰੋਸਾ ਦਿਵਾਇਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਐਤਵਾਰ ਤੜਕਸਰ ਸਲਮਾਨ ਖਾਨ ਦੇ ਘਰ 'ਤੇ ਹਮਲਾ ਹੋਇਆ ਸੀ। ਹਮਲਾ ਕਰਨ ਵਾਲੇ ਸੀਸੀਟੀਵੀ ਦੇ ਵਿੱਚ ਕੈਦ ਹੋਏ ਅਤੇ ਹੁਣ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਤੜਕਸਾਰੀ ਪੁਲਿਸ ਨੇ ਦੋਹਾਂ ਨੂੰ ਗ੍ਰਿਫਤਾਰ ਕੀਤਾ। ਦੱਸ ਦਈਏ ਕਿ ਮੁੰਬਈ ਕ੍ਰਾਈਮ ਬ੍ਰਾਂਚ ਨੇ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ। ਦੋਹਾਂ ਨੂੰ ਗੁਜਰਾਤ ਦੇ ਕੱਛ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਸ਼ੂਟਰ ਸਾਗਰ ਅਤੇ ਵਿੱਕੀ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਤਾਂ ਦੱਸ ਦਈਏ ਕਿ 25 ਅਪ੍ਰੈਲ ਤੱਕ ਰਿਮਾਂਡ ਵੀ ਮਿਲ ਗਿਆ ਪੁਲਿਸ ਨੂੰ ਇਹਨਾਂ ਦੋਨਾਂ ਦਾ। ਪਤਾ ਕਰਨਾ ਹੋਵੇਗਾ ਕਿ ਕਿਸਨੇ ਇਹ ਸ਼ੂਟਰ ਭੇਜੇ ਸੀ, ਕਿ ਇਹ ਲਾਰੈਂਸ ਦੇ ਨਾਲ ਹੀ ਮਿਲੇ ਹੋਏ ਨੇ, ਲਾਰੈਂਸ ਦੇ ਹੀ ਬੰਦੇ ਨੇ, ਜਾਂ ਫਿਰ ਗੱਲ ਕੋਈ ਹੋਰ ਹੈ, ਕੋਈ ਹੋਰ ਕਿਸੇ ਹੋਰ ਦੇ ਵੱਲੋਂ ਸਲਮਾਨ ਖਾਨ 'ਤੇ ਹਮਲਾ ਕਰਵਾਇਆ ਗਿਆ। ਤਾਂ ਸ਼ੂਟਰ ਵਿੱਕੀ ਬਾਈਕ ਚਲਾ ਰਿਹਾ ਸੀ ਅਤੇ ਪਿੱਛੇ ਬੈਠਾ ਸੀ ਸਾਗਰ, ਜਿਸ ਦੇ ਵੱਲੋਂ 5 ਫਾਇਰ ਕੀਤੇ ਗਏ। ਸਲਮਾਨ ਖਾਨ ਦੇ ਘਰ 'ਤੇ ਇੱਕ ਫਾਇਰ ਲੱਗਿਆ ਸੀ ਅਤੇ ਘਰ ਦੇ ਅੰਦਰ ਵੀ ਖੋਲ ਮਿਲੇ ਸੀ ਗੋਲੀਆਂ ਦੇ, ਜਿਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ 2 ਅਪ੍ਰੈਲ ਨੂੰ 24,000 ਰੁਪਏ ਦੇ ਵਿੱਚ ਇਹਨਾਂ ਨੇ ਬਾਈਕ ਖਰੀਦੀ ਸੀ, ਜਿਹੜੀ ਬਾਈਕ ਸੀਸੀਟੀਵੀ ਤਸਵੀਰਾਂ ਦੇ ਵਿੱਚ ਦਿਖੀ। ਤਾਂ ਸਾਰੀ ਘਟਨਾ ਤੋਂ ਬਾਅਦ ਹੈ ਜਿਹੜੀ, ਜਦ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤਾਂ ਸੀਐਮ ਏਕਨਾਥ ਸ਼ਿੰਦੇ
ਸਲਮਾਨ ਖਾਨ ਦੇ ਘਰ ਪਹੁੰਚੇ ਨੇ ਤੇ ਸਲਮਾਨ ਖਾਨ ਇੱਕਦਮ ਫਿੱਟ ਐਂਡ ਫਾਈਨ ਨੇ। ਤੁਸੀਂ ਆਪ ਦੇਖ ਲਓ ਇਹ ਤਸਵੀਰਾਂ ਜੋ ਸਲਮਾਨ ਖਾਨ ਦੇ ਘਰ ਦੇ ਅੰਦਰ ਦੀਆਂ ਨੇ।